ਇੱਕ ਵਾਰ ਲੁਧਿਆਣੇ 'ਚ ਭਾਈ ਜੋਤਾ ਸਿੰਘ ਅਤੇ ਭਾਈ ਮੋਤਾ ਸਿੰਘ ਅੰਮ੍ਰਿਤਸਰ ਵਾਲਿਆਂ ਦੀ ਕੋਠੀ 'ਚ ਸ੍ਰੀ ਸਹਿਜ ਪਾਠ ਦਾ ਭੋਗ ਪੈਣਾ ਸੀ ਤਾਂ ਉਦੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦੇ ਪਿਆਰਿਆਂ ਨੇ ਕੀਰਤਨ ਕੀਤਾ। ਕੀਰਤਨ ਵਿੱਚ ਇਹੋ ਜਿਹਾ ਟਿਕਾਊ ਬਣਿਆ ਸੰਤ ਬਾਬਾ ਗੁਰਬਚਨ ਸਿੰਘ ਜੀ ਦੁਨੀਆ ਤੋਂ ਬਿਲਕੁਲ ਅਲੱਗ ਕਿਸੇ ਹੋਰ ਦੁਨੀਆ ਚਲੇ ਗਏ, ਦੇਸ਼ ਕਾਲ ਤੋਂ ਉੱਪਰ। ਪਰ ਉਹਨਾਂ ਦੇ ਨਾਲ ਭਾਈ ਮੇਹਾ ਸਿੰਘ ਨੰਗੀ ਵਾਲੇ ਸਨ, ਇੱਕ ਸੱਜਣ। ਉਹਨਾਂ ਨੇ ਬਾਅਦ ਵਿੱਚ ਕਿਹਾ, ਸਨ ਜੀ ਅੱਜ ਕਮਾਲ ਵੇਖੀਏ। ਕਹਿਣ ਲੱਗੇ, ਕੀ ਤੂੰ ਵੇਖ ਲਿਆ? ਕਹਿਣ ਲੱਗੇ, ਮੈਂ ਵੇਖਿਆ ਜਦੋਂ ਕੀਰਤਨ ਹੋ ਰਿਹਾ ਸੀ ਅਤੇ ਹੁਣ ਤੱਕ ਤੁਹਾਡੇ ਰੋਮ ਰੋਮ ਵਿੱਚੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਆ ਰਹੀ ਸੀ। ਉਹ ਕਹਿਣ ਲੱਗੇ, ਤੈਨੂੰ ਕੌਣ ਕਹਿੰਦਾ? ਕਹਿਣ ਲੱਗੇ, ਜੀ ਮੈਂ ਕੰਨ ਆਪ ਜੀ ਦੇ ਸਰੀਰ ਨਾਲ ਲਾਇਆ ਹੋਇਆ ਸੀ, ਮੈਂ ਉਦੋਂ ਆਪ ਸੁਣਿਆ। ਕਹਿਣ ਲੱਗੇ, ਨਹੀਂ ਛਿਪਾਉਣਾ ਹੁੰਦਾ? ਕਹਿਣ ਲੱਗੇ, ਨਹੀਂ, ਰਾਗੀ ਸਿੰਘਾਂ ਨੇ ਸ਼ਬਦ ਬਹੁਤ ਪਿਆਰ 'ਚ ਪੜ੍ਹਿਆ ਸੀ ਤਾਂ ਰੋਮ ਰੋਮ ਵਿੱਚੋਂ ਸਿਮਰਨ ਚੱਲ ਪਿਆ। ਜਦੋਂ ਕੋਈ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲਾ ਪਿਆਰ 'ਚ ਪੜ੍ਹੇ, ਪਤਾ ਨਹੀਂ ਜੋ ਜਦੋਂ ਕੋਈ ਆਪ ਹੀ ਜਪਦਾ ਹੋਵੇ ਉਸ ਨੂੰ ਉਹਦਾ ਲਾਭ ਕਿਤਨਾ ਵੱਖਰਾ ਹੁੰਦਾ। ਰਹਿ ਗਈ ਦਾਤ ਸਿਮਰਨ ਚੱਲਣ ਦੀ ਜਾਂ ਰਸ ਆਉਣ ਦੀ, ਸਾਹਿਬ ਕਹਿੰਦੇ ਜਿਸ ਦੇਵੈ ਪੁਰਖ ਵਿਧਾਤਾ ਹਰ ਰਸ ਤਿੰਨ ਹੀ ਜਾਤਾ, ਜਿਹਨੂੰ ਉਹ ਆਪ ਤਰੁੱਟ ਕੇ ਦੇਵੇ ਦੂਜਿਆਂ ਲਈ ਕੇਵਲ ਗੱਲਾਂ ਉਹ ਅਕਰਦੀਆਂ ਨੇ। ਇੱਕ ਵਾਰ ਕਿਸੇ ਨੇ ਕਿਹਾ ਸੀ, ਬਾਬਾ ਜੀ ਤੇਜ਼ ਤੇਜ਼ ਬਾਣੀ ਪੜ੍ਹਦੇ ਅਤੇ ਸਿੰਘਾਂ ਤੋਂ ਪੜਾਉਂਦੇ, ਤੇਜ਼ ਬਾਣੀ ਪੜ੍ਹਨ ਨਾਲ ਕੀ ਹੁੰਦਾ? ਇਹਦਾ ਕੋਈ ਖਾਸ ਲਾਭ ਹੈ? ਉਹਨਾਂ ਨੇ ਜਵਾਬ ਦਿੱਤਾ, ਹਾਂ ਭਾਈ, ਮਨ ਚੰਚਲ ਏ, ਬਹੁਤ ਫੁਰਨੇ ਕਰਦਾ, ਇਹਨੂੰ ਰੋਕਣ ਵਾਸਤੇ ਜੇ ਤੇਜ਼ ਤੇਜ਼ ਪੜਾਂਗੇ ਤਾਂ ਮਨ ਨੂੰ ਫੁਰਨੇ ਕਰਨ ਦੀ ਵਿਹਲ ਨਹੀਂ ਮਿਲੇਗੀ। ਸੋ ਇਸ ਕਰਕੇ ਪਹਿਲਾਂ ਗੁਰਬਾਣੀ ਤੇਜ਼ ਤੋਂ ਤੇਜ਼ ਪੜ੍ਹਨੀ ਚਾਹੀਦੀ ਏ, ਜਦੋਂ ਫੁਰਨੇ ਰੁਕਣ ਆਪਣੇ ਆਪ ਹੀ ਗੁਰਬਾਣੀ ਵੀ ਸਹਿਜ ਹੋ ਜਾਏਗੀ ਅਤੇ ਅੰਦਰ ਫੁਰਨੇ ਨਹੀਂ ਹੋਣਗੇ ਅਤੇ ਉਹ ਰਸ ਬਣ ਬਣ ਕੇ ਤੁਸੀਂ ਉਸ ਨੂੰ ਪੀ ਸਕੋਗੇ।